ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਵਿੰਦਰ ਸਿੰਘ ਪੱਖੋਂ ਕੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦਾ ਮੈਂ ਨਿਮਾਣਾ ਜਿਹਾ ਸੇਵਾਦਾਰ ਹਾਂ ਜੀ। ਅਤੇ ਅੱਜ ਸਾਡੇ ਦਫ਼ਤਰ ਵਿਖੇ ਇਹ ਪਹੁੰਚਿਆ ਵੀ ਲਵਪ੍ਰੀਤ ਸਿੰਘ, ਜੋ ਕਿ ਸਪੁੱਤਰ ਆ ਸ਼ਹੀਦ ਭਾਈ ਦਰਬਾਰ ਸਿੰਘ, ਪਿੰਡ ਕੋਟ ਹਜ਼ਾਰ। ਪਿਛਲੇ ਦਿਨੀ ਇਹਨਾਂ ਦੀ ਵੀਡੀਓ ਜਿਹੜੀ ਆ ਸੰਗਤ ਨਾਲ ਸਾਂਝੀ ਕੀਤੀ ਸੀ PTN 24 ਚੈਨਲ 'ਤੇ। ਅਤੇ ਇਹਨਾਂ ਦੀ ਵੀਡੀਓ ਵੇਖ ਕੇ ਸਾਡੀ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਪਿੰਡਰ ਸਾਹਿਬ, ਉਹਨਾਂ ਨੇ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਇੱਕ ਜਿਹੜੀ ਮੋਟਰਸਾਈਕਲ ਵਾਲੀ ਰੇਹੜੀ ਜੀ ਬਣਾ ਦਿੰਦੇ ਹਾਂ ਅਤੇ ਤੁਸੀਂ ਉਹਦੇ 'ਤੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਅਤੇ ਆਪਣਾ ਜੀਵਨ ਨਿਰਵਾਹ ਕਰ ਸਕਦੇ ਹੋ। ਪਰ ਜਦੋਂ ਪਤਾ ਲੱਗਾ ਕਿ ਘਰ ਦੇ ਵਿੱਚ ਇਹਨਾਂ ਦੇ ਪਾਣੀ ਦਾ ਪ੍ਰਬੰਧ ਹੀ ਹੈ ਨਹੀਂ, ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰਤ ਇਹ ਸੀ ਵੀ ਘਰ 'ਚ ਮੋਟਰ ਦਾ ਪਾਣੀ ਦਾ ਪ੍ਰਬੰਧ ਹੈ ਨਹੀਂ ਸੀ। ਅਤੇ ਉਹਦੇ ਬਾਰੇ ਵੀ ਸੰਗਤ ਦੇ ਸਹਿਯੋਗ ਦੇ ਨਾਲ ਜ਼ਰੂਰ ਆਪਾਂ ਉਹ ਵੀ ਇਹਨਾਂ ਦਾ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਪ ਸਭ ਸੰਗਤਾਂ ਜ਼ਰੂਰ ਸਾਥ ਦਿਓ। ਅਤੇ ਇਹਨਾਂ ਨੂੰ ਹੁਣ ਬੋਰ ਕਰਾ ਕੇ ਦਿੱਤਾ ਜੀ, 180 ਫੁੱਟ ਦੇ ਕਰੀਬ ਜਿਹੜਾ ਬੋਰ ਹੋ ਗਿਆ ਵਾ। ਅਤੇ ਉਹਦੇ 'ਚ ਤਕਰੀਬਨ ਖਰਚਾ ਆਇਆ ਜੀ 32,000 ਰੁਪਈਏ ਦਾ। ਬਹੁਤ ਵਧੀਆ ਸਮਾਨ ਪਾ ਕੇ, ਚੰਗੀ ਕੰਪਨੀ ਦੀ ਮੋਟਰ ਪਾ ਕੇ ਵਧੀਆ ਇਹਨਾਂ ਦਾ ਪਾਣੀ ਦਾ ਪ੍ਰਬੰਧ ਕਰ ਦਿੱਤਾ ਗਿਆ। ਅਤੇ ਹੁਣ ਚਲੋ ਇਹ ਆ ਵੀ ਕਈ ਵਾਰੀ ਬੇਸ਼ੱਕ ਆਪਣੇ ਚਾਚੇ ਤਾਇਆਂ ਦਾ ਪਾਣੀ ਵਰਤਦੇ ਸੀ, ਪਰ ਕਿਤੇ ਨਾ ਕਿਤੇ ਬੰਦਾ ਥੋੜ੍ਹਾ ਜਿਹਾ ਫਿਰ ਕੰਜੂਸੀ ਨਾਲ ਵਰਤਦਾ, ਜਾਂ ਕਈ ਵਾਰੀ ਇਹ ਹੁੰਦਾ ਵੀ ਅਗਲੇ ਨੂੰ ਬਿਜਲੀ ਦਾ ਬੋਝ ਪੈਂਦਾ ਜਾਂ ਬਿੱਲ ਆਉਂਦਾ। ਹੁਣ ਆਪਣੇ ਘਰ ਪਾਣੀ ਦਾ ਪ੍ਰਬੰਧ ਹੋ ਗਿਆ, ਚਲੋ ਵਧੀਆ ਤਰੀਕੇ ਨਾਲ ਕੱਲ੍ਹ ਨੂੰ ਜੇ ਉੱਥੇ ਘਰ ਬਣਾਉਣਗੇ ਜਾਂ ਜੋ ਵੀ ਕੁਛ ਕਰਨਗੇ ਤਾਂ ਉਹ ਬੇਸਿਕ ਚੀਜ਼ ਪਹਿਲਾਂ ਪਾਣੀ ਦਾ ਪ੍ਰਬੰਧ ਜਿਹੜਾ ਜ਼ਰੂਰੀ ਸੀਗਾ। ਅਤੇ ਅੱਜ ਅਸੀਂ ਗੁਰੂ ਨਾਨਕ ਲੰਗਰ ਸੇਵਾ ਸਾਡੀ ਇੰਟਰਨੈਸ਼ਨਲ ਦੇ ਰਾਹੀਂ ਜੋ ਸੰਗਤ ਸਾਨੂੰ ਸੇਵਾ ਭੇਜਦੀ ਆ, ਉੱਚੋਂ 32,000 ਰੁਪਈਏ ਦਾ ਜਿਹੜਾ ਸੇਵਾ ਲੱਗੀ ਆ ਅਤੇ ਇਹਨਾਂ ਨੂੰ ਪਾਣੀ ਦਾ ਪ੍ਰਬੰਧ ਕਰਤਾ। ਕਿਉਂਕਿ ਹਰ ਸਾਲ ਇੱਕ ਦਿਨ ਦੋ ਦਿਨ ਛਬੀਲਾਂ ਲੱਗਦੀਆਂ ਨੇ, ਬੜੀ ਚੰਗੀ ਗੱਲ ਆ, ਪਿਆਸਿਆਂ ਨੂੰ ਪਾਣੀ ਪਿਆਉਣਾ ਬੜੀ ਅੱਛੀ ਸੇਵਾ ਵਾ। ਅਤੇ ਪੱਖਾ ਫੇਰੀ ਪਾਣੀ ਢੋਵਾਂ ਵਿੱਚ ਆਪ ਵਿੱਚ ਆਈ ਗੁਰਬਾਣੀ ਦੀ ਪੰਕਤੀ ਆ, ਅਤੇ ਸੱਚੇ ਪਾਤਸ਼ਾਹ ਨੇ ਪਾਣੀ ਦੀ ਬੜੀ ਅਹਿਮੀਅਤ ਦੱਸੀ ਆ, ਅਤੇ ਉਹ ਵੀ ਬਹੁਤ ਅੱਛੀ ਗੱਲ ਆ। ਅਤੇ ਅੱਜ ਇਹ ਸਾਡੀ ਸੰਸਥਾ ਵੱਲੋਂ ਕਹਿ ਲਓ ਵੀ ਇਹ ਸਾਰੀ ਉਮਰ ਲਈ ਇਹਨਾਂ ਦੇ ਘਰ 'ਚ ਛਬੀਲ ਲੱਗੀ ਆ, ਇਹ ਨਹਾਉਣ ਧੋਣ ਪੀਣ ਜਿੱਦਾਂ ਮਰਜ਼ੀ ਵਰਤਣ ਪਾਣੀ, ਕਿਉਂਕਿ ਇਹ ਇੱਕ ਅੱਧੇ ਦਿਨ ਦੀ ਛਬੀਲ ਨਹੀਂ ਹੈ, ਹੁਣ ਸਾਰੀ ਉਮਰ ਦੀ ਛਬੀਲ। ਇਹ ਸਭ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਆ। ਅਤੇ ਵੀਰ ਦਾ ਨੰਬਰ ਆ ਜੀ 86991-95411। ਇਸ ਨੰਬਰ ਦੇ ਉੱਤੇ ਸਿੱਧਾ ਕਾਲ ਕਰਕੇ, ਕਿਉਂਕਿ ਇਹਦੇ ਰੁਜ਼ਗਾਰ ਦਾ ਵੀ ਕੋ ਪ੍ਰਬੰਧ ਕਰ ਦਈਏ। ਬਹੁਤ ਵੱਡਾ ਸ਼ਹੀਦ ਸੀ ਭਾਈ ਦਰਬਾਰ ਸਿੰਘ, ਔਰ ਉਹ ਕੋਆਪਰੇਟਿਵ ਸੁਸਾਇਟੀਆਂ 'ਚ ਸੈਕਟਰੀ ਸੀ, ਸਰਕਾਰੀ ਨੌਕਰੀ ਕਰਦਾ ਸੀ। ਅੱਜ ਚੰਗੀ ਭਲੀ ਕੋਠੀ ਹੁੰਦੀ ਅਤੇ ਕੋਈ ਗੱਡੀ ਗੁੱਡੀ ਵੀ ਘਰ ਖਲੋਤੀ ਹੁੰਦੀ, ਚੰਗੇ ਸਕੂਲਾਂ 'ਚ ਪੜ੍ਹ ਕੇ ਆਉਂਦੇ। ਅਤੇ ਪਰ ਉਸ ਸੰਘਰਸ਼ ਦੇ ਵਿੱਚ ਗੁਰੂ ਘਰ ਦੀ ਹੋਈ ਬੇਅਦਬੀ ਦਾ ਜਿਹੜਾ ਦੁੱਖ ਉਹਨਾਂ ਦੇ ਮਨ 'ਤੇ ਸੱਟ ਵੱਜੀ, ਅਤੇ ਉਹ ਇਹ ਸੰਘਰਸ਼ ਦੇ ਰਾਹ ਤੁਰ ਕੇ ਉਹਨਾਂ ਨੇ ਜਿਹੜੀ ਆ ਉਹ ਕੁਰਬਾਨੀ ਦਿੱਤੀ ਆ। ਅਤੇ ਜੋ ਸਾਡਾ ਫਰਜ਼ ਬਣਦਾ ਉਹ ਸਾਰੇ ਜਣੇ ਰਲ ਮਿਲ ਕੇ ਅਸੀਂ ਇਹਨਾਂ ਪਰਿਵਾਰਾਂ ਦੀ ਸੇਵਾ ਕਰੀਏ। ਬਹੁਤ ਮਿਹਰਬਾਨੀ, ਸਾਡੀ ਸੰਸਥਾ 'ਤੇ ਇਸੇ ਤਰ੍ਹਾਂ ਭਰੋਸਾ ਕਾਇਮ ਰੱਖਿਓ, ਸਾਡੇ 'ਤੇ ਕਾਇਮ ਰੱਖਿਓ ਭਰੋਸਾ, ਅਸੀਂ ਇਸੇ ਤਰ੍ਹਾਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਸੇਵਾ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ ਜੀ, ਜਿਉਂਦੇ ਵਸਦੇ ਰਹੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਤੁਸੀਂ ਵੀਡੀਓ 'ਚ ਵੇਖ ਸਕਦੇ ਹੋ ਕਿ ਪਾਣੀ ਚੱਲ ਰਿਹਾ, ਸਾਰਾ ਪਰਿਵਾਰ ਜਿਹੜਾ ਉਹ ਖੜ੍ਹਾ ਇਸ ਖੁਸ਼ੀ ਦਾ ਅਨੁਭਵ ਕਰ ਰਿਹਾ, ਕਿਉਂਕਿ ਜਲ ਮਿਲਿਆ ਪਰਮੇਸ਼ੁਰ ਮਿਲਿਆ ਵਾਲੀ ਗੱਲ ਵੀ ਹੁੰਦੀ ਆ। ਅਤੇ ਬੜੀ ਵਧੀਆ ਅੱਜ ਸਤਿਗੁਰੂ ਜੀ ਨੇ ਸਾਡੀ ਸੰਸਥਾ ਦੇ ਰਾਹੀਂ ਇਹ ਸੇਵਾ ਲਈ ਆ, ਅਸੀਂ ਆਪਣੇ ਆਪ ਨੂੰ ਵਿਭਾਗੀ ਸਮਝਦੇ ਹਾਂ। ਅਤੇ ਭਾਈ ਮਨਜੀਤ ਸਿੰਘ ਪਿੰਡਰ ਅਤੇ ਸਾਰੀ ਟੀਮ ਦੇ ਅਸੀਂ ਬੇਹੱਦ ਸ਼ੁਕਰਗੁਜ਼ਾਰ ਹਾਂ, ਜਿਹੜੇ ਬਹੁਤ ਸਹਿਯੋਗ ਕਰਦੇ ਨੇ ਸਾਨੂੰ ਸ਼ਹੀਦ ਪਰਿਵਾਰਾਂ ਦੀ ਸੇਵਾ ਲਈ। ਸਤਿਗੁਰੂ ਉਹਨਾਂ ਨੂੰ ਦਿਲ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ। ਲਵਪ੍ਰੀਤ ਸਿੰਘ
ਇੱਕ ਤੇ ਵਧਾਈਆਂ ਗੋਲੀਆਂ ਜੀ, ਮੋਟਰ ਲੱਗ ਗਈ ਆ ਤੁਹਾਡੇ ਸੰਯੋਗ ਨਾਲ ਆਇਆ ਜੀ। ਨਹੀਂ ਇਹ ਸਭ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੈ। ਅਤੇ ਕਿੱਡਾ ਕੁ ਵੱਡੀ ਮੁਸੀਬਤ ਜਾਂ ਕਿੱਡੀ ਕੁ ਵੱਡੀ ਮੁਸ਼ਕਿਲ ਆਸਾਨ ਹੋਈ ਹੈ? ਵੇਖੋ ਜੀ, ਜਿਹੜੀ ਬਾਲਟੀ ਫੜ ਕੇ ਇੱਕ ਜਾਣਾ ਸੀ, ਹਾਂਜੀ, ਉੱਥੋਂ ਥੋੜ੍ਹੀ ਜਿਹੀ ਸਾਨੂੰ ਵੀ ਰਹਿਤ ਹੋ ਗਈ ਹੈ ਕਿ ਮਹਾਰਾਜ ਨੇ ਕਿਰਪਾ ਕੀਤੀ ਆ, ਇੱਕ ਤੁਹਾਡੇ ਨਾਲ ਮਿਲਾਇਆ ਵਾ, ਅਤੇ ਜਿਹੜਾ ਸਾਡੇ ਘਰ ਪਾਣੀ ਆ ਗਿਆ ਵਾ, ਮੇਰੀ ਬੇੜੀ ਆ ਉਹ ਕਹਿੰਦੀ ਪਾਪਾ ਹੁਣ ਆਪਾਂ ਚਾਚੇ ਘਰ ਨਹੀਂ ਨਹਾਉਣ ਜਾਣਾ, ਹੁਣ ਆਪਣੇ ਘਰ ਹੀ ਨਹਾਇਆ ਕਰਾਂਗੇ। ਵਾਹ ਵਾਹ ਜੀ, ਚਲੋ ਉਹਨਾਂ ਦਾ ਵੀ ਧੰਨਵਾਦ ਜਿੰਨਾ ਇੰਨਾ ਇੰਨੇ ਸਾਲ ਤੁਹਾਡਾ ਸਾਥ ਦਿੱਤਾ। ਹਾਂਜੀ ਹਾਂਜੀ, ਅਤੇ ਕੋਈ ਗੱਲ ਨਹੀਂ, ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਅਤੇ ਜਲਦੀ ਤੁਹਾਡੇ ਕੋਈ ਨਾ ਕੋਈ ਰੁਜ਼ਗਾਰ ਦਾ ਵੀ ਸੰਗਤ ਦਾ ਸਾਥ ਮਿਲਿਆ, ਅਤੇ ਤੁਹਾਡੇ ਰੁਜ਼ਗਾਰ ਦਾ ਵੀ ਜਿਹੜਾ ਉਹ ਜ਼ਰੂਰ ਪ੍ਰਬੰਧ ਕਰਾਂਗੇ। ਅਤੇ ਕੋਸ਼ਿਸ਼ ਕਰਨੀ ਆ ਪਾਣੀ ਲੋੜ ਅਨੁਸਾਰ ਹੀ ਵਰਤਣਾ, ਵੀ ਹੁਣ ਇਹਦੀ ਵੀ ਚਾਰਜ ਮੋਟਰ ਛੱਡਤੀ ਅਤੇ ਬਸ ਉੱਦਾਂ ਹੀ ਚੱਲਦੀ ਰਹੇ, ਕਿਉਂਕਿ ਪਾਣੀ ਬਹੁਤ ਕੀਮਤੀ ਆ ਅਤੇ ਬਹੁਤ ਥੋੜ੍ਹਾ ਰਹਿ ਗਿਆ, ਅਤੇ ਇਹਨੂੰ ਲੋੜ ਅਨੁਸਾਰ ਵਰਤੋ ਜਿੰਨਾ ਲੋੜ ਆ। ਅਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਇਹਨਾਂ ਸ਼ਹੀਦ ਪਰਿਵਾਰਾਂ ਦੇ ਲਈ ਅੱਗੇ ਆਉਣ ਕੇ ਸੇਵਾ ਕਰਦੇ ਆ, ਬਹੁਤ ਮਿਹਰਬਾਨੀ। ਜਿਉਂਦੇ ਵਾਸਤੇ ਰਹੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।